ਤੂੰ ਸ਼ਰਮ ਕਰ ਵੀ ਤੂੰ ਰੇੜੀ ਲਾਉਣੀ ਆ ਵੀ ਇਸ ਦੇ ਵਿੱਚ ਵੀਰੇ ਸ਼ਰਮ ਵਾਲੀ ਕਿਹੜੀ ਗੱਲ ਆ ਹਨਾ ਵੀ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਹੀ ਹਾਂ ਮਤਲਬ ਕਿ ਸਹੀ ਕੰਮ ਹੀ ਆਗਾ ਵੀ ਆਪਦਾ ਮਤਲਬ ਕਿ ਕਮਾਈ ਕਰਦੇ ਆਂਗੇ ਨਾ ਵੀ ਕੋਈ ਗਲਤ ਕੰਮ ਤਾਂ ਹੈ ਨਹੀਂ ਸ਼ਰਮ ਵਾਲੀ ਕੋਈ ਗੱਲ ਨਹੀਂ ਮੈਨੂੰ ਤਾਂ ਕੋਈ ਸ਼ਰਮ ਨਹੀਂ ਲੱਗਦੀ ਇਸ ਕੰਮ 'ਚ ਮੈਂ ਬਹੁਤ ਖੁਸ਼ ਹਾਂ ਵੀਰੇ ਹੁਣ ਵੀ ਕਹਿ ਦਿੰਦੇ ਆ ਹਾਂਜੀ ਵੀਰੇ ਕਹਿੰਦੇ ਆਪਦੇ ਪਰਿਵਾਰ ਦਾ ਪੂਰੇ ਪਰਿਵਾਰ ਦਾ ਸਹਿਯੋਗ ਆਪਦੇ ਦਾ ਰਿਹਾ ਕਿਤੇ ਉਹਨਾਂ ਨੇ ਤਾਂ ਨਹੀਂ ਨਾਂ ਨੁੱਕਰ ਕੀਤੀ ਨਹੀਂ ਵੀਰੇ ਮੇਰੇ ਘਰ ਦੇ ਮਤਲਬ ਸਹੁਰੇ ਪਰਿਵਾਰ ਦੇ ਖਿਲਾਫ ਸੀਗੇ ਪਹਿਲਾਂ ਮੇਰੇ ਤੇ ਮੇਰੇ ਹਸਬੈਂਡ ਦੇ ਹਾਂਜੀ ਇਹ ਕਹਿੰਦੇ ਸੀ ਵੀ ਸਾਡੀ ਨੂੰਹ ਵੀ ਇਹ ਕੰਮ ਕਰੂ ਵੀ ਆਸੇ ਪਾਸੇ ਦੇ ਲੋਕ ਬੋਲਣਗੇ ਵੀ ਇਹਨਾਂ ਦਾ ਮੁੰਡਾ ਫੌਜੀ ਆਗਾ ਵੀ ਉਹਨਾਂ ਦੀ ਨੂੰਹ ਕੰਮ ਕਰਦੀ ਆ ਵੀ ਚੰਗਾ ਨਹੀਂ ਲੱਗਦਾ ਗਾ ਪਰ ਮੇਰੇ ਹਸਬੈਂਡ ਨੇ ਮੇਰਾ ਪੂਰਾ ਸਾਥ ਦਿੱਤਾ ਮੈਂ ਕਿਹਾ ਨਹੀਂ ਮੈਂ ਕਰੂੰਗੀ ਵੀ ਇਹ ਵਾਲਾ ਬਿਜ਼ਨਸ ਵੀ ਲੋਕ ਜਿਹੜੇ ਬੋਲਦੇ ਬੋਲੀ ਜਾਂਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਪਿਛਲੇ ਦਿਨ ਮਿਲਿਆ ਸਿੱਖਿਆ ਵੀ ਉਹਨਾਂ ਤੋਂ ਜਿੰਨਾ ਕੁ ਤੁਸੀਂ ਆਪਣੇ ਕੰਮ ਦੇ ਵਿੱਚ ਜੋ ਜੋ ਚੀਜ਼ਾਂ ਬਣਾ ਰਹੇ ਹੋ ਉਹਨਾਂ ਤੋਂ ਹਾਂਜੀ ਵੀਰੇ ਉਹਨਾਂ ਕੋਲ ਇੱਕ ਦਿਨ ਗਏ ਸੀਗੇ ਅਸੀਂ ਮਤਲਬ ਕਿ ਦੇਖ ਕੇ ਆਏ ਸੀ ਉਹਨਾਂ ਦੀ ਮਸ਼ੀਨ ਵੀਰੇ ਦੀ ਅਤੇ ਅੰਦਰ ਜਾ ਕੇ ਮਤਲਬ ਕਿ ਉਹਨਾਂ ਦਾ ਸਾਰਾ ਸੈਟਅਪ ਦੇਖਿਆ ਵੀਰੇ ਨੇ ਸਾਨੂੰ ਸਮਝਾਇਆ ਵੀ ਸੀ ਵੀ ਇੱਦਾਂ ਇੱਦਾਂ ਜੂਸ ਬਣਦਾ ਹੈ ਅਤੇ ਫਿਰ ਉੱਦਾਂ ਤੁਸੀਂ ਜੂਸ ਬਣਾਉਂਦੇ ਹੋ ਫਿਰ ਇਹ ਚੀਜ਼ ਕਿਹਨੇ ਡਿਸਾਈਡ ਕਰੀ ਕਿ ਜਿਵੇਂ ਹੁਣ ਤੁਸੀਂ ਗਏ ਤਲਵੰਡੀ ਸਾਬੋ ਜਾਂਦੇ ਹੋ ਹਾਂਜੀ ਹਾਂਜੀ ਇੱਥੋਂ 8-9 ਕਿਲੋਮੀਟਰ ਦੀ ਦੂਰੀ 'ਤੇ ਤੁਹਾਡੇ ਪਿੰਡ ਤੋਂ ਇਹ ਚੀਜ਼ ਕਿਹਨੇ ਡਿਸਾਈਡ ਕਰੀ ਕਿ ਤਲਵੰਡੀ ਸਾਬੋ ਜਿਵੇਂ ਕਚਹਿਰੀਆਂ ਅੱਗੇ ਖੜਦੇ ਹੋ ਮੇਰੇ ਹਸਬੈਂਡ ਨੇ ਕਰੀ ਸੀ ਵੀ ਇੱਥੇ ਹੀ ਖੜਨਾ ਉੱਥੇ ਫਿਰ ਖੜ ਕੇ ਅੱਛਾ ਇੱਕ ਚੀਜ਼ ਹੋਰ ਆ ਬਹੁਤੇ ਕਹਿੰਦੇ ਹੁੰਦੇ ਨੇ ਕਿ ਸਾਡੇ ਇੱਧਰ ਪੰਜਾਬ ਦੇ ਵਿੱਚ ਕੁਛ ਰਿਹਾ ਨਹੀਂ ਪੰਜਾਬ ਦੇ ਵਿੱਚ ਕਮਾਈਆਂ ਜਿਹੜੀਆਂ ਨਹੀਂ ਰਹੀਆਂ ਸੀ ਪੰਜਾਬ ਦੇ ਵਿੱਚ ਰਹਿ ਕੇ ਕੁਛ ਕਰ ਨਹੀਂ ਸਕਦੇ ਕੋਈ ਕਿੱਤਾ ਨਹੀਂ ਕਰ ਸਕਦੇ ਇਹ ਸੱਚ ਆ ਨਹੀਂ ਵੀਰੇ ਇੱਧਰ ਸਾ ਮਤਲਬ ਕਿ ਵੀ ਹੁਣ ਅਸੀਂ ਵੀ ਤਾਂ ਕਰ ਹੀ ਰਹੇ ਹਾਂ ਕੰਮ ਮਤਲਬ ਪ੍ਰਵਾਸੀ ਲੋਕ ਆ ਕੇ ਵੀ ਤਾਂ ਇੱਧਰ ਕੰਮ ਹੀ ਕਰ ਰਹੇ ਨੇਗੇ ਨਾ ਅਤੇ ਆਪਾਂ ਕਿਉਂ ਨਹੀਂ ਕਰ ਸਕਦੇਗੇ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਵੀ ਜਿਹੜੇ ਮੁੰਡੇ ਕੁੜੀਆਂ ਜਾਂਦੇ ਉੱਧਰ ਜਾ ਕੇ ਵੀ ਤਾਂ ਇਹੀ ਕੰਮ ਕਰਨਾ ਪੈਂਦਾ ਨਾ ਜੇ ਉਹੀ ਕੰਮ ਆਪਾਂ ਇੱਧਰ ਰਹਿ ਕੇ ਕਰੀਏ ਤਾਂ ਸਹੀ ਰਹੂਗਾ ਵੀਰੇ ਕਿਉਂਕਿ ਆਪਾਂ ਸ਼ਾਮ ਦੇ ਟਾਈਮ ਕੰਮ ਕਰਕੇ ਆਉਂਦੇ ਹਾਂ ਆਪਾਂ ਆਪਣੇ ਪਰਿਵਾਰ ਵਿੱਚ ਜਾਂ ਆਪਣੇ ਬੱਚਿਆਂ ਵਿੱਚ ਵੀ ਆ ਜਾਂਦੇ ਹੈਗੇ ਉੱਧਰ ਉਹੀ ਆ ਵੀ ਉੱਧਰ ਉਹੀ ਆ ਵੀਰੇ ਇੱਧਰ ਪਤਾ ਆਪਣੇ ਪੰਜਾਬੀ ਲੋਕ ਕੀ ਕਰਦੇ ਨੇਗੇ ਵੀ ਰੇੜ ਜਿਵੇਂ ਹੁਣ ਮੈਂ ਮਸ਼ੀਨ ਲਾਈ ਹੋਈ ਹੈਗੀ ਅਗਲਾ ਕਹਿ ਦਿੰਦਾ ਵੀ ਕੀ ਕੰਮ ਆ ਇਹ ਸੰਗ ਨਹੀਂ ਆਉਣੀ ਆਉਂਦੀ ਇਹਨੂੰ ਆਏ ਬੋਲਦੇ ਨੇ ਲੋਕ ਬਟ ਉੱਧਰ ਵੀ ਤਾਂ ਐਵੇਂ ਦੀ ਆ ਉੱਧਰ ਵੀ ਤਾਂ ਵੀ ਇਹੀ ਕੰਮ ਕਰਦੇ ਨੇ ਨਾ ਪਰ ਉੱਧਰ ਉੱਧਰਲੇ ਲੋਕ ਮਤਲਬ ਕਿ ਉੱਧਰ ਇੱਧਰ ਆਪਾਂ ਨੂੰ ਲੋਕ ਦੇਖਦੇ ਉੱਧਰ ਦੇਖਦੇ ਨਹੀਂ ਬਸ ਇਸੇ ਕਰਕੇ ਜਿਹੜੇ ਇੱਧਰ ਨਹੀਂ ਕੰਮ ਕਰਦੇ ਉਹ ਸ਼ਰਮ ਮੰਨਦੇ ਆ ਮੈਨੂੰ ਤਾਂ ਵੈਸੇ ਕੋਈ ਸ਼ਰਮ ਨਾਮ ਦੀ ਗੱਲ ਨਹੀਂ ਲੱਗਦੀ ਹੈਗੀ ਨਾ ਹੀ ਵੀਰੇ ਮੈਨੂੰ ਹੈ ਬਸ ਆਇਆ ਵੀ ਭੈਣੇ ਉੱਧਰ ਅੱਖਾਂ ਤੋਂ ਓਹਲੇ ਆ ਗੱਲ ਇਹ ਵੀ ਉੱਧਰ ਗੁਆਂਢੀ ਨੇ ਦੇਖ ਕੇ ਜਾਂ ਪਿੰਡ ਵਾਲੇ ਜੈਲੇ ਨੇ ਦੇਖ ਕੇ ਇਹ ਨਹੀਂ ਕਹਿਣਾ ਵੀ ਕਹਿ ਲਿਆ ਤੁਹਾਡਾ ਮੁੰਡਾ ਉੱਧਰ ਰੇੜੀ ਲਈ ਬੈਠਾ ਸੀ ਗੱਲ ਬਸ ਕੁੱਲ ਮਿਲਾ ਕੇ ਇੱਥੇ ਆਉਂਦੀ ਆ ਤੁਸੀਂ 2 ਮਹੀਨੇ ਪਹਿਲਾਂ ਸ਼ੁਰੂ ਹਾਂਜੀ ਹਾਂਜੀ 2 ਮਹੀਨੇ ਪਹਿਲਾਂ ਸ਼ੁਰੂ ਕੀਤਾ ਤੇ ਆਪ ਹਾਲਾਂਕਿ ਤੁਸੀਂ ਕਿਹਾ ਕਿ ਮੈਨੂੰ ਕਦੇ ਸ਼ਰਮ ਨਹੀਂ ਲੱਗੀ ਜਦੋਂ ਜਦੋਂ ਪਹਿਲੇ ਦਿਨ ਜਾ ਕੇ ਰੇੜੀ ਲਾਈ ਰੇੜੀ ਤੇ ਖੜੇ ਆਪ ਨੂੰ ਲੱਗਿਆ ਕਿ ਹਾਏ ਕੋਈ ਸੌਦਾ ਲੈਣ ਆਊਗਾ ਕਿ ਨਹੀਂ ਕੋਈ ਜੂਸ ਲੈਣ ਆਊਗਾ ਕਿ ਨਹੀਂ ਆਪ ਨੂੰ ਲੱਗਿਆ ਕੋਈ ਏਦਾਂ ਦਾ ਹਾਂਜੀ ਵੀਰੇ ਐਵੇਂ ਪਹਿਲੇ ਦਿਨ ਤਾਂ ਲੱਗਿਆ ਸੀਗਾ ਹਾਂ ਵੀ ਕੋਈ ਆਊ ਕਿ ਨਹੀਂ ਵੀ ਕੋਈ ਆ ਕੇ ਕੀ ਕਹੂਗਾ ਹਾਂਜੀ ਹਾਂਜੀ ਵੀਰੇ ਫਿਰ ਕਿਵੇਂ ਦਾ ਮਤਲਬ ਹੌਲੀ ਹੌਲੀ ਹੁਣ ਤਾਂ ਮੈਨੂੰ ਲੱਗਦਾ ਸੁਭਾਅ ਜਿਹਾ ਪੈ ਗਿਆ ਹੁਣ ਹਾਂਜੀ ਹਾਂਜੀ ਵੀਰੇ ਹੁਣ ਤਾਂ ਤੇ ਪਹਿਲੇ ਦਿਨ ਫਿਰ ਕਿੰਨਾ ਕੁ ਵਿਕਿਆ ਸੀ ਜੂਸ ਪਹਿਲੇ ਦਿਨ ਵੀਰੇ ਬਸ ਸਹੀ ਹੋ ਗਈ ਸੀ ਵਧੀਆ ਹੋ ਗਈ ਸੀ ਸੇਲ ਵਧੀਆ ਹੋ ਗਈ ਹਾਂਜੀ ਵੀਰੇ